ਬਿਮਾਰ ਆਦਮੀ ਵੀ ਆ, ਸਾਡੇ ਘਰ ਨਾ ਮਰੀਜ਼ ਹੀ ਨੀ ਖਤਮ ਹੁੰਦੇ, ਇੱਕ ਮਰੀਜ਼ ਠੀਕ ਹੁੰਦਾ ਤੇ ਦੂਸਰਾ ਬਿਮਾਰ ਹੁੰਦਾ। ਹੈਲੋ ਗਾਈਸ, ਕੀ ਹਾਲ ਹੈ? ਠੀਕ ਹੋ? ਮੈਨੂੰ ਉੱਚੀ ਬੋਲ ਤੇ ਲੱਗਾ ਲੈ ਨੀ ਖਰਾਬ ਸਮਝਾਈ ਨਾ। ਹੈਲੋ ਗਾਈਸ, ਕੀ ਹਾਲ ਹੈ? ਠੀਕ ਹੋ? ਬੋਲ ਜੇ ਬਸ। ਤਬੀਅਤ ਦਾ ਦੱਸ ਆਪਦੀ ਦਾ? ਬਸ ਲੱਤਾਂ ਚੋਂ ਕੱਠਾ ਜੋ ਅਸਤਬਲਾ ਨਹੀਂ ਗਾਈਸ, ਨਾ ਸੋ ਸਮਝ ਕੇ ਗਾਈ ਦਿੱਤੀ ਕਾ ਗਾਇਲ ਆਮਨਾ ਦੀ ਨਾ ਤਬੀਅਤ ਨਹੀਂ ਠੀਕ, ਕਹਿੰਦੀ ਕਮਰ ਚ ਦਰਦ ਤੇ ਲੱਤਾਂ ਚ ਦਰਦ ਤੇ ਕਹਿੰਦੀ ਪੈਰ ਨੂੰ ਖਾ ਜੀ ਬੜੇ ਬੜੇ ਪਾਣੀ ਆ ਜੀ ਨਾ ਤੁਹਾਡੀ ਵੀਡੀਓ ਵਾਇਰਲ ਤੱਕ ਲਈ ਆ ਦੀ ਉਹਦੀ ਬੁੱਢੀ ਚੱਕ ਲਈ ਨਹੀਂ ਨਹੀਂ। ਅੱਛਾ ਗਾਇਲ ਆਪਾਂ ਨੇ ਬਿਸਮਿਲਾ 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 ਤੈਨੂੰ ਮੈਂ 100 ਰੁਪਏ ਨਾਮ ਦਾਂਗੀ, 50 ਨਹੀਂ 100, ਠੀਕ ਆ? ਤੇ ਤੂੰ ਜਿੱਦਾਂ ਮੈਂ ਕਹਿਣਾ ਸੀ ਬਸ ਉਦਾਂ ਕੀ ਜਾਣਾ, ਤੇ ਵਾਸ਼ਰੂਮ ਤੋਂ ਆਵਾਂ, ਕੱਪੜੇ ਤੋਂ ਆਵਾਂ, ਵਿਹੜਾ ਤੋਂ ਆਵਾਂ, ਜੋ ਵੀ ਕਰਾਉਣਾ ਖਰਾਬ ਹੋ ਜਾਂਦੇ ਨੇ, ਫਟਣਾ ਪੈਂਦੇ ਨੇ, ਇਸੇ ਲਈ ਹੁਣ ਆਪਾਂ ਜਲਦੀ ਜਲਦੀ ਲੇਪ ਲਗਾਉਂਦੇ ਹਾਂ। ਤੂੰ ਬਿਸਮਿਲਾ ਪਤਾ ਹੁਣ ਕੀ ਕਰ, ਥੋੜੀ ਦੇਰ ਨਾ ਆਰਾਮ ਕਰ, ਫਿਰ ਤੈਨੂੰ ਦੱਸਦੇ ਹਾਂ ਕਿ ਤੂੰ ਹੁਣ ਆਪਾਂ ਕੀ ਕਰਨਾ ਵਾ ਕੀ ਨਹੀਂ, ਠੀਕ ਆ ਨਾ? ਹਾਂਜੀ ਗਾਇਸ, ਹੁਣ ਆਪਾਂ ਲਗਾ ਰਹੇ ਹਾਂ ਚੁੱਲ੍ਹਿਆਂ ਨੂੰ ਲੇਪ ਕਰ ਰਹੇ ਹਾਂ, ਫਿਰ ਨਾ ਆਪਣੀ ਸ਼ੇਪ ਚੁੱਲ੍ਹਿਆਂ ਦੀ ਅੱਛੀ ਹੋ ਜਾਏਗੀ। ਹਾਂਜੀ ਗਾਇਸ, ਆਪਾਂ ਜਿਹੜਾ ਲੇਪ ਲਗਾ ਰਹੇ ਸੀਗੇ ਉਹ ਵੀ ਕੰਪਲੀਟ ਹੋ ਗਿਆ ਵਾ, ਬਸ ਇੱਧਰੋਂ ਰਹਿ ਗਿਆ ਵਾ। ਜਲਦੀ ਜਲਦੀ ਕਰੀਏ, ਧੁੱਪ ਬਹੁਤ ਜ਼ਿਆਦਾ ਗਾਇਸ, ਗਰਮੀ ਬਹੁਤ ਜ਼ਿਆਦਾ ਵਾ, ਅਤੇ ਹੁਣ ਤਾਂ ਬਿਜਲੀ ਬਹੁਤ ਜਲਦ ਬੰਦ ਕਰਨਾ ਪਿਆ, ਦੋ ਦੋ ਘੰਟੇ ਬਿਜਲੀ ਸਾਡੇ ਕੋਲ ਬੰਦ ਹੁੰਦੀ ਆ। ਸਾਡੇ ਸਕੂਲੇ ਅੱਧੀਆਂ ਕੁੜੀਆਂ ਬੇਹੋਸ਼ ਹੋ ਗਈਆਂ ਸੀ। ਕੀ ਹੋਇਆ? ਬੇਹੋਸ਼ ਹੋ ਗਈਆਂ ਸੀ ਅੱਧੀਆਂ ਕੁੜੀਆਂ। ਉਹ ਕਿੱਦਾਂ? ਗਰਮੀ ਦੀ ਵਜ੍ਹਾ ਤੋਂ। ਬੁੱਤੇ ਨਹਾ ਕੇ ਗਿਆ ਕਰ, ਤੁਸੀਂ ਫਰੈਸ਼ ਹੋ ਕੇ ਗਰਮੀ ਦੂਰ ਕਰਕੇ ਗਿਆ ਕਰੋ, ਠੀਕ ਆ ਨਾ? ਅਤੇ ਗਰਮ ਚੀਜ਼ਾਂ ਨਾ ਖਾਇਆ ਕਰੋ, ਫਿਰ ਜ਼ਿਆਦਾ ਗਰਮੀ ਲੱਗਦੀ ਆ। ਹਾਂਜੀ ਗਾਇਸ, ਪੋਚਾ ਮਾਸ਼ਾਅੱਲਾ ਆਪਣਾ ਹੋ ਗਿਆ ਕੰਪਲੀਟ, ਤੇ ਚਲੋ ਹੁਣ ਚੱਲਦੇ ਹਾਂ ਦੂਸਰੇ ਕੰਮ ਵੱਲ। ਇਧਰ ਆਓ, ਬੜੇ ਹੱਥ ਹੋਈਏ, ਧੋ ਲਓ ਮੈਨੂੰ, ਮੈਂ ਰੋ ਗਿਆ। ਮੈਂ ਕਿਹੜਾ ਕਿਹਾ ਤੂੰ ਰੋ ਗਿਆ, ਤੂੰ ਮੈਨੂੰ ਰੋਕ ਸਕਦੀ ਹੈ? ਹਾਂਜੀ ਗਾਇਸ, ਚਲੋ ਹੁਣ ਆਪਾਂ ਵਿਹੜਾ ਧੋ ਲਈਏ। ਅਸਾਂ ਗਾਇਸ ਗਰਮੀ ਆ ਜੀ, ਮੱਖੀਆਂ ਬਹੁਤ ਜ਼ਲੀਲ ਖਾਂਦੀਆਂ। ਮੈਂ ਨਾ ਤੋੜ ਰਹੀ ਸੀ ਇਧਰ ਸਪੂਨ ਨੇ
ਗਰਮੀ ਆ ਔਰ ਮੱਖੀਆਂ ਜਾਨ ਹੀ ਨਹੀਂ ਛੋੜ ਰਹੀ ਤਾਂ ਆਪੀ ਸਾਰੀਆਂ ਨੇ ਨਾ ਮੇਰੇ ਤਾਂ ਮੋਏ ਮੋਏ ਕਰਦੀ ਮੇਰੇ ਤਾਂ ਮੋਏ 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 ਹੋ ਗਈ ਅਤੇ ਮੈਂ ਆਪਾਂ ਪਾਣੀ ਪੈ ਗਿਆ ਤਾਂ ਮੈਂ ਜੋ ਹੈ ਨਾ ਅਤੇ ਮੈਂ ਨਾ ਮਜ਼ਾਕ ਨਹੀਂ ਕਰ ਰਹੀ ਮੇਰੀ ਤਬੀਅਤ ਬੜੀ ਸੀਰੀਅਸ ਹੈ ਮੇਰੀ ਟਾਂਗੇ ਜੋ ਹੈ ਨਾ ਉਹ ਦੁਖਦੀ ਹੈ ਦਰਦ ਦੁਖਦੀ ਹੈ ਅੱਜ ਸਕੂਲ ਮੈਂ ਮੰਦਿਰ ਗਈ ਸੀ ਟੀਚਰ ਨੇ ਕੀਤਾ ਪਾਣੀ ਮੈਂ ਪਾਉਣਾ ਬਸ ਵਾਸ਼ਰੂਮ ਚ ਝਾੜੂ ਮਾਰਨਾ ਚੱਲ 3000 ਰੁਪਿਆ ਨਹੀਂ ਸੀਰੀਅਸਲੀ ਸੱਚੀ 3000 ਚੱਲ 1000 ਚੱਲ 1000 ਚਲੋ ਠੀਕ ਹੋ ਗਿਆ ਅੱਛਾ ਹਮਜ਼ਾ ਚੋਕਰਾ ਝਾੜੂ ਤੇ ਹੋਇਆ ਸ਼ੁਰੂ ਹਮਜ਼ਾ ਨੇ ਵਾਸ਼ਿੰਗ ਦੇ ਕੋਲ ਲਿਆ ਝਾੜੂ ਪਕੜਿਆ ਹੋਇਆ ਵਾ ਬੁਰਿਸ਼ ਵੀ ਪਕੜਿਆ ਹੋਇਆ ਵਾ ਹਮਜ਼ਾ ਤੈਨੂੰ 1000 ਰੁਪਏ ਤੇ ਫੈਨਲ ਠੀਕ ਹੋ ਗਿਆ ਗੱਲ ਸਾਡੀ ਹੋ ਗਈ ਤੂੰ ਹਮਜ਼ਾ ਤੂੰ ਧੋਨੇ ਮੇਰੇ ਸ਼ਾਦੀਆਂ ਨਾਲ ਦੇ ਲਾ 1000 ਰੁਪਏ ਵਾਸ਼ਿੰਗ ਧੋ ਕੇ ਚਮਕਾ ਕੇ ਦੇਣੀ ਹਾਂ ਬਾਰੀ ਦੇ 1000 ਰੁਪਿਆ ਹੁਣੇ ਦੇਣਾ ਲਾਈਟ ਆ ਗਈ ਹੇ ਚੱਲ ਹੋ ਜਾ ਸ਼ੁਰੂ ਹਾਂ ਦੇਖੋ ਜੀ ਹਮਜ਼ਾ ਵਾਸ਼ਰੂਮ ਧੋ ਲਿਆ ਵਾ ਚੱਲ ਹੋ ਗਿਆ ਜਲਦੀ ਪਾਣੀ ਤੇ ਪਾ ਲਾ ਤਾਂ ਪਾਣੀ ਪਾਇਆ ਤੁਸੀਂ ਦੇਖੋ ਹਮਜ਼ਾ ਅਗਰ ਤੁਹਾਡਾ ਭੈਣ ਭਾਈ ਕੋਈ ਤੰਗ ਵਗੈਰਾ ਕਰੇ ਨਾ ਡੀਲ ਲਗਾ ਲਓ ਤੇ ਉਹਦੇ ਕੋਈ ਏਦਾਂ ਦੇ ਕੰਮ ਖਰਾਬ ਹੋਵੇ ਕਿ ਸਿੱਧਾ ਹੋਵੇ ਮੈਂ ਕਿਹੜਾ ਤੈਨੂੰ ਕੰਮ ਕੀਤਾ ਸੀ
ਸਬਸਕ੍ਰਾਈਬ ਕਰੋ, ਬੈਲ ਆਈਕਨ ਬਟਨ ਜ਼ਰੂਰ ਦਬਾਓ, ਤਾਂ ਕਿ ਹਰ ਵੀਡੀਓ ਬਹੁਤ ਸਾਡਾ ਮੇਰੇ ਪਾਪਾ ਇਹ ਤਾਂ ਬਹੁਤ ਕਹਿੰਦੇ ਨੇ ਇਹ ਵੀਡੀਓ ਚ ਅਲਾਸੀ।